ਉਹ ਥੜ ਵਿੱਚ ਡੰਗ ਖੜ ਕੇ ਉੱਥੇ ਹੋ ਗਈ ਲੜਾਈ ਭਾਰੀ ਬਿਆਰ ਜਣ ਵੈਲੀ ਨੇ ਅਰਜਨ ਵੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ ਖੜੇ ਵਿੱਚ ਡਾਂਗ ਖੜ ਕੇ ਚੱਕਾ। ਸੋ ਮੇਰਾ ਖਿਆਲ ਆ ਮੈਨੂੰ ਜ਼ਿਆਦਾ ਦੱਸਣ ਦੀ ਵੀ ਜ਼ਰੂਰਤ ਨਹੀਂ, ਤੁਸੀਂ ਫਿਲਮ ਦੇਖ ਚੁੱਕੇ ਹੋ, ਫਿਲਮ ਦਾ ਗੀਤ ਸੁਣ ਚੁੱਕੇ ਹੋ, ਸੰਗੀਤ ਸੁਣ ਚੁੱਕੇ ਹੋ। ਸੋ ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਕਿ ਪੰਜਾਬ ਦੀ ਵਿਰਾਸਤ ਨਾਲ ਜੁੜੇ ਹੋਏ ਸ਼ਬਦ, ਪੰਜਾਬ ਦੇ ਸੰਗੀਤ ਨਾਲ ਜੁੜੀਆਂ ਹੋਈਆਂ ਧੁਨਾਂ ਅਤੇ ਪੰਜਾਬ ਦੇ ਪਿੰਡਾਂ ਦੀ ਉੱਠੀ ਹੋਈ ਆਵਾਜ਼ ਅਤੇ ਉਹਦੀ ਜਸਟੀਫਿਕੇਸ਼ਨ ਹੋਈ ਆ, ਉਹਦੀ ਪੁੱਛ ਪਈ ਆ। ਸੋ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਹੈ। ਇਹ ਗਾਣਾ ਬੇਸਿਕਲੀ ਜਦੋਂ ਅਹਿਮਦ ਸ਼ਾਹ ਅਬਦਾਲੀ ਅਤੇ ਨਾਦਰ ਸ਼ਾਹ ਜਦੋਂ ਸਾਡੇ ਇਤਿਹਾਸ ਦੇ ਵਿੱਚ ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੇ ਇੰਡੀਆ ਨੂੰ ਲੁੱਟ ਕੇ ਜਦੋਂ ਵਾਪਸ ਜਾਂਦੇ ਸੀ, ਉਹਨਾਂ ਨੂੰ ਪੰਜਾਬ ਦੇ ਵਿੱਚੋਂ ਰੋਕਿਆ ਗਿਆ। ਸੋ ਉਹ ਤਾਂ ਖਤਮ ਹੋ ਗਏ ਜਦੋਂ ਜ਼ਮਾਨਾ ਅੱਗੇ ਵਧਿਆ, ਅਤੇ ਪਿੰਡਾਂ ਵਿੱਚ ਡਾਕੇ ਪੈਣ ਵਾਲਾ ਜਿਹੜਾ ਕਨਸੈਪਟ ਸੀਗਾ ਇਹ ਉੱਭਰ ਗਿਆ। ਪਿੰਡਾਂ ਦੇ ਵਿੱਚ ਧਾੜਾਂ ਪੈਂਦੀਆਂ ਸੀ, ਤੋ ਉਹਨਾਂ ਧਾੜਾਂ ਦਾ ਮੁਕਾਬਲਾ ਕਰਨ ਦੇ ਲਈ ਕੁਝ ਪਿੰਡਾਂ ਦੇ ਵਿੱਚੋਂ ਕਰੈਕਟਰ ਉੱਠੇ, ਜਿਹਦੇ ਵਿੱਚੋਂ ਜਿਵੇਂ ਕਿਸੇ ਸਮੇਂ ਜ਼ੁਲਮ ਦੇ ਖਿਲਾਫ਼ ਦੁੱਲਾ ਭੱਟੀ ਉੱਠਿਆ, ਜਿਵੇਂ ਜੱਗਾ ਉੱਠਿਆ, ਉਸ ਤਰ੍ਹਾਂ ਦੇ ਵਿੱਚੋਂ ਹੀ। ਇਹ ਕੋਈ ਇੱਕ ਅਰਜਨ ਵੈਲੀ ਦੀ ਗੱਲ ਨਹੀਂ ਹੈ, ਇਹ ਅਲੱਗ ਅਲੱਗ ਸਮਿਆਂ ਦੇ ਵਿੱਚ ਅਲੱਗ ਅਲੱਗ ਪਿੰਡਾਂ ਦੇ ਵਿੱਚੋਂ ਅਰਜਨ ਹੋ ਗਿਆ ਜਾਂ ਕੋਈ ਦੂਜੇ ਨਾਂ, ਕੋਈ ਗਾਮਾ ਹੋ ਗਿਆ, ਕੋਈ ਇਸ ਤਰ੍ਹਾਂ ਦੇ ਬਹੁਤ ਕਰੈਕਟਰ ਉੱਠੇ। ਸੋ ਉਹਨਾਂ ਲੋਕ ਬੋਲੀਆਂ ਦੇ ਵਿੱਚ ਇਹ ਅਰਜਨ ਕਿਸੇ ਬੋਲੀਆਂ ਦੇ ਵਿੱਚ ਆਉਂਦਾ ਸੀ। ਇਸ ਫਿਲਮ ਨੂੰ ਇਸ ਤਰ੍ਹਾਂ ਦੇ ਕਨਸੈਪਟ ਦੀ ਜ਼ਰੂਰਤ ਸੀ, ਪਲੱਸ ਪਿੰਡਾਂ ਦੀ ਕੋਈ ਉੱਠੀ ਹੋਈ ਆਵਾਜ਼ ਦੀ ਜ਼ਰੂਰਤ ਸੀ, ਪਲੱਸ ਜਿਹੜਾ ਸਾਡਾ ਪੰਜਾਬੀ ਫੋਕ ਹੈ ਉਹਦੀ ਜ਼ਰੂਰਤ ਸੀ, ਕਿਉਂਕਿ ਇਸ ਫਿਲਮ ਦੇ ਵਿੱਚ ਸਰਦਾਰ ਕਰੈਕਟਰ ਸੀਗੇ। ਸੋ ਉਹਨੂੰ ਉਹਦੀ ਜਸਟੀਫਿਕੇਸ਼ਨ ਦੇ ਲਈ ਇੱਕ ਪੰਜਾਬੀ ਗੀਤ ਚਾਹੀਦਾ ਸੀਗਾ, ਜਿਹਦੀ ਮੇਰੇ ਨਾਲ ਜਦੋਂ ਗੱਲ ਹੋਈ, ਉਸ ਦਾ ਸਿਚੁਏਸ਼ਨ ਸਮਝੀ, ਅਤੇ ਮੈਂ ਜ਼ਿਕਰ ਕੀਤਾ ਕਿ ਇਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਵੀਰ ਰਸ ਦੇ ਵਿੱਚ ਕਵਿਤਾਵਾਂ ਗਾਈਆਂ ਜਾਂਦੀਆਂ, ਗੀਤ ਗਾਏ ਜਾਂਦੇ ਆ, ਲੋਕ ਗੀਤ ਗਾਏ ਜਾਂਦੇ ਆ। ਸੋ ਉਹਦੇ ਵਿੱਚੋਂ ਉੱਠਿਆ ਹੋਇਆ ਇਹ ਗੀਤ ਹੈ। ਰਣਬੀਰ ਸਰ ਕੇ ਬਾਰੇ ਮੈਂ ਗਾਣਾ ਆਪਣੇ ਸਭਨੇ ਗਾਣਾ ਸੁਣਾ, ਫਿਲਮ ਦੇਖੀ ਹੈ, ਫਿਲਮ ਦੇਖੀ ਸਭਨੇ, ਓਕੇ ਗਾਣਾ ਸੁਣਾ ਕਿਦਾਂ ਲੱਗਿਆ, ਬੌਬੀ ਜੀ ਨੂੰ ਗਾਣਾ ਕਿੱਦਾਂ ਲੱਗਿਆ? ਅਨਿਲ ਕਪੂਰ ਜੀ ਮੈਨੂੰ ਜਾਣਦੇ ਨਹੀਂ, ਮੈਂ ਇਸ ਫਿਲਮ ਦੇ ਲਈ ਗਾਇਆ। ਸੋ ਜਦੋਂ ਅਸੀਂ ਹੈਦਰਾਬਾਦ ਪ੍ਰਮੋਸ਼ਨ ਦੇ ਲਈ ਗਏ, ਮੈਨੂੰ ਰਣਬੀਰ ਅਨਿਲ ਕਪੂਰ ਜੀ ਦੇ ਨਾਲ ਬੈਠਣ ਦਾ ਮੌਕਾ ਮਿਲਿਆ। ਅਨਿਲ ਕਪੂਰ ਜੀ ਨੇ ਮੇਰਾ ਹੱਥ ਫੜ ਕੇ ਹੱਥ ਘੁੱਟਿਆ ਔਰ ਨਾਲ ਮੈਨੂੰ ਕਿਹਾ, ਭੁਪਿੰਦਰ ਜੀ ਤੁਸੀਂ ਬਹੁਤ ਵਧੀਆ ਗਾਣਾ ਗਾਇਆ, ਔਰ ਜਦੋਂ ਤੋਂ ਤੁਹਾਡਾ ਗਾਣਾ ਇਸ ਫਿਲਮ ਦੇ ਵਿੱਚ ਆਉਂਦਾ ਉਦੋਂ ਸਾਡੀ ਫਿਲਮ ਦਾ ਕਲਾਈਮੈਕਸ ਸ਼ੁਰੂ ਹੁੰਦਾ। ਸੋ ਮੇਰੇ ਲਈ ਇਹ ਬੜੀ ਮਾਣ ਵਾਲੀ ਗੱਲ ਸੀ ਕਿ ਅਨਿਲ ਕਪੂਰ ਵਰਗੇ ਲੈਜੈਂਡ ਬੰਦੇ, ਜਿਹੜੇ ਇੰਡਸਟਰੀ ਦੇ ਕਿੰਨਾ ਵੱਡਾ ਉਹਨਾਂ ਦਾ ਰੁਤਬਾ ਹੈ, ਉਹ ਜਦੋਂ ਮੇਰਾ ਹੱਥ ਘੁੱਟ ਕੇ ਮੈਨੂੰ ਕਹਿੰਦੇ ਵੀ ਤੇਰਾ ਗੀਤ ਮੈਨੂੰ ਬਹੁਤ ਪਸੰਦ ਹੈ। ਸੋ ਤੁਹਾਡਾ
ਜੀ ਮੈਨੂੰ ਲੱਗਦਾ ਕਿ ਇਹ ਗੀਤ ਬਹੁਤ ਵੱਡੀ ਹਾਈਟ 'ਤੇ ਚਲਾ ਗਿਆ ਔਰ ਮੇਰੀ ਰਾਤਾਂ ਦੀ ਨੀਂਦ ਖਰਾਬ ਹੋਣ ਵਾਲੀ ਹੈ ਅਤੇ ਮੈਨੂੰ ਲੱਗਦਾ ਕਿ ਜੇ ਇਸ ਫਿਲਮ ਦਾ ਰੀਮੇਕ ਵੀ ਬਣਦਾ ਤਾਂ ਮੇਰੇ ਲਈ ਇਹ ਬੜਾ ਚੈਲੇਂਜ ਹੈ ਔਰ ਵੀ ਵਿਲ ਡੂ ਅਵਰ ਬੈਸਟ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਕਿ ਜਿਸ ਤਰ੍ਹਾਂ ਇਸ ਗਾਣੇ ਨੂੰ ਬਹੁਤ ਵੱਡੀ ਹਾਈਪ ਮਿਲੀ ਆ ਸੋ ਇਸ ਤਰ੍ਹਾਂ ਹੀ ਕੁਝ ਹੋਰ ਨਵਾਂ ਕਰ ਸਕੀਏ ਜੀ ਖੜੇ ਵਿੱਚ ਡਾਂਗ ਖੜ ਕੇ ਉਹ ਖੜੇ ਵਿੱਚ ਡਾਂਗ ਖੜ ਕੇ ਉੱਥੇ ਹੋ ਗਈ ਲੜਾਈ ਭਾਰੀ ਬਿਆਰ ਜਣ ਵੈਲੀ ਨੇ ਅਰਜਨ ਵੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ ਅਰਜਨ ਵੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ